ਫਿਰ ਤੁਹਾਡੀਆਂ ਫਰਮਾਇਸ਼ਾਂ ਹੋਣਗੀਆਂ, ਤੁਸੀਂ ਜਿਹੜੇ ਜਿਹੜੇ ਗਾਣੇ ਕਹੋਗੇ ਆਪਾਂ ਸਾਰੇ ਗਾਉਣੇ ਨੇ। ਸਾਰੇ ਪਿੰਡ ਵਾਸੀਆਂ ਨੂੰ, ਸਾਰੇ ਇਲਾਕਾ ਨਿਵਾਸੀਆਂ ਨੂੰ, ਸਪੈਸ਼ਲੀ ਉਹ ਜਿਹੜੇ ਪਿੱਛੇ ਬੈਠੇ ਨੇ ਵਿਚਾਰੇ, ਇੰਨੇ ਔਖੇ ਹੋ ਗਏ, ਇੱਧਰ ਜਿਹੜੇ ਰੇੜੇ 'ਤੇ ਬੈਠੇ ਨੇ ਮੁੰਡੇ, ਦੂਰ ਦੂਰ ਤੱਕ ਟਰੈਕਟਰਾਂ ਵਾਲੇ, ਸੋ ਸਾਰਿਆਂ ਦਾ ਥੈਂਕਸ ਕਰਦੇ ਹਾਂ। ਹਾਂ ਉਹ ਕਰਾਂ ਵੇਟ ਮੈਂ ਪੀਜ਼ਾ ਹੱਟ 'ਤੇ ਜੱਟ ਖੜਾ, ਅੱਛਾ ਇਹ ਗਾਣੇ ਨੇ ਬਹੁਤ ਪਿਆਰ ਦਿੱਤਾ ਸੀ। ਪਹਿਲਾ ਗਾਣਾ ਸੀ ਬੜਾ ਡਰਦੇ ਡਰਦੇ ਕੀਤਾ ਸੀ, ਪਰ ਇਹ ਤੁਹਾਡਾ ਪਿਆਰ ਹੈ, ਪੂਰਾ ਸੁਣਨਾ ਚਾਹੀਦਾ। ਇੱਕ ਲਾਈਨ ਮੈਂ ਗਾਵਾਂਗੀ, ਅਗਲੀ ਤੁਸੀਂ ਗਾਉਣੀ, ਅਤੇ ਸਮਝ ਆਉਣੀ ਚਾਹੀਦੀ ਹੈ, ਕਿਉਂਕਿ ਆਪਾਂ ਸਾਰੇ ਵੱਟਾਂ ਵਾਲੇ ਹਾਂ ਅੱਜ, ਮੈਂ ਵੀ ਅਤੇ ਤੁਸੀਂ ਵੀ ਸਾਰੇ ਪਿੰਡਾਂ ਵਾਲੇ ਹਾਂ। ਉਹ ਕਰਾਂ ਵੇਟ ਮੈਂ ਪੀਜ਼ਾ ਅਤੇ ਜੱਟ ਖੜਾ। ਲਓ ਜੀ ਇੱਕ ਤਾੜੀ ਸਾਡੇ ਕਿਸਾਨ ਵੀਰਾਂ ਦੇ ਲਈ, ਜਿਹੜੇ ਵੱਟਾਂ 'ਤੇ ਬਹੁਤ ਠੰਡ ਦੇ ਵਿੱਚ ਵੀ ਪਾਣੀ ਲਾਉਣਾ ਪੈਂਦਾ ਪੈਲੀ ਨੂੰ, ਸੋ ਇਹ ਵੀ ਬੜਾ ਔਖਾ ਕੰਮ ਹੈ। ਸੋ ਇਹ ਸਾਡੇ ਰਿਸਪੈਕਟ ਹੈ ਸਾਰੇ ਵੀਰਾਂ ਨੂੰ, ਜਿਹੜੇ ਦਿਲੋਂ ਪਿਆਰ ਵੀ ਕਰਦੇ ਨੇ, ਮਿਹਨਤ ਵੀ ਕਰਦੇ ਨੇ। ਹਾਂ ਲਓ ਜੀ ਫਿਰ ਭੰਗੜਾ ਪਾਉਣ ਲਈ ਤਿਆਰ ਹੋ, ਚਲੋ ਠੀਕ ਹੈ। ਕਰਾਂ ਵੇਟ ਮੈਂ ਪੀਜ਼ਾ ਹੱਟ 'ਤੇ ਜੱਟ ਖੜਾ।
ਔਰ 5 ਕਿਲੋ ਗੁੜ ਦਾ ਜਿਹੜਾ ਦਾਨ ਉਹਨਾਂ ਨੇ ਦਿੱਤਾ ਸੀ।